ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਗਜੀਤ ਨੰਗਲ ਤੁਹਾਡਾ ਸਵਾਗਤ ਕਰਦਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਜਿਹੜੇ ਹੁਣ ਮੌਸਮ ਚੱਲ ਰਿਹਾ ਦੋ ਕੁਛ ਟਾਈਮ ਪਹਿਲਾਂ ਦੀ ਜੇ ਆਪਾਂ ਗੱਲ ਕਰੀਏ ਜਾਂ ਅੱਜ ਸਭ ਤੋਂ ਜ਼ਿਆਦਾ ਜਿਹੜਾ ਸਾਡੇ ਪਸ਼ੂਆਂ ਨੂੰ ਸਮੱਸਿਆ ਆਉਂਦੀ ਉਹ ਮੱਖੀਆਂ ਤੋਂ ਆਉਂਦੀ ਹੈ ਮੱਛਰ ਤੋਂ ਆਉਂਦੀ ਹੈ ਸੋ ਅੱਜ ਤੁਹਾਨੂੰ ਇੱਕ ਸਪਰੇਅ ਜਿਹੜੀ ਹੈ ਦੋਸਤੋ ਵੀ ਪਸ਼ੂਆਂ ਤੋਂ ਮੱਖੀਆਂ ਤੋਂ ਆਪਾਂ ਕਿਵੇਂ ਹੱਲ ਕਰ ਸਕਦੇ ਹਾਂ ਉਹ ਬਣਾ ਕੇ ਦਿਖਾਊਂਗਾ ਆਪਦੇ ਪਸ਼ੂਆਂ ਦੇ ਉੱਤੇ ਪ੍ਰੈਕਟੀਕਲ ਕਰੂੰਗਾ ਅਤੇ ਨਾਲ ਤੁਹਾਨੂੰ ਉਹਦਾ ਰਿਜ਼ਲਟ ਵੀ ਦਿਖਾ ਦੂੰਗਾ ਇਸੇ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਪਸੰਦ ਆ ਜੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹੋਰ ਵੀਰ ਦਾ ਵੀ ਫਾਇਦਾ ਹੋ ਸਕੇ ਸ਼ੁਰੂ 'ਚ ਹੀ ਦੱਸ ਦਿੰਦਾ ਦੋਸਤੋ ਇਹ ਕੋਈ ਪੈਸੇ ਲੈ ਕੇ ਪ੍ਰਮੋਸ਼ਨ ਨਹੀਂ ਕਿਸੇ ਦਵਾਈ ਦੀ ਕਰ ਰਿਹਾ ਸਿਰਫ ਤੁਹਾਡੇ ਪਿਆਰ ਕਰਕੇ ਉਹਦੇ ਲਈ ਮੈਂ ਇਹ ਸਪਰੇਅ ਜਿਹੜੀ ਉਹ ਤਿਆਰ ਕਰ ਸੋ ਦੋਸਤੋ ਇੱਥੇ ਜਿਹੜਾ ਮੈਂ ਸਮਾਨ ਇਕੱਠਾ ਕੀਤਾ ਤੁਹਾਨੂੰ ਦਿਖਾ ਦਿੰਦਾ ਇੱਕ ਥੋੜ੍ਹੀ ਜਿਹੀ ਮੈਂ ਖੰਡ ਲਈ ਹੈ ਖੰਡ ਇਹ ਦੱਸ ਦਿੰਦਾ ਵੀ ਕਾਸ ਤੋਂ ਲਈ ਹੈ ਦੋਸਤੋ ਜਿਹੜੀ ਮੱਖੀ ਹੈ ਉਹ ਖੰਡ ਉੱਤੇ ਆ ਕੇ ਬੈਠਦੀ ਹੈ ਖੰਡ ਨੂੰ ਚੜ੍ਹਦੀ ਹੈ ਤਾਂ ਉਹਦੇ ਨਾਲ ਸਪਰੇਅ ਦਾ ਅਸਰ ਜ਼ਿਆਦਾ ਹੁੰਦਾ ਸੋ ਇਹ ਖੰਡ ਹੈ ਇੱਧਰ ਮੈਂ 2 ਲੀਟਰ ਨੂੰ ਪਾਣੀ ਲਿਆ ਹੋਇਆ ਤੇ ਇੱਕ ਫੁਹਾਰਾ ਜਿਹਦੇ ਨਾਲ ਆਪਾਂ ਸਪਰੇਅ ਕਰਨੀ ਹੈ ਤੇ ਜਿਹੜੀ ਸਪਰੇਅ ਦੋਸਤੋ ਮੈਂ ਵਰਤ ਰਿਹਾ ਪਿਛਲੇ 1-1.5 ਸਾਲ ਤੋਂ ਇਹਨੂੰ ਮੈਂ ਵਰਤ ਰਿਹਾ ਪੂਰੀ ਤੁਸੀਂ ਧਿਆਨ ਨਾਲ ਦੇਖ ਲਓ ਸੋ ਇਹ ਸਪਰੇਅ ਹੈ ਇਹਨੂੰ ਕੱਟ ਕੇ ਤੁਹਾਡੇ ਸਾਹਮਣੇ ਦੋਸਤੋ ਇਹਨੂੰ ਘੋਲੂੰਗਾ ਕੋਸ਼ਿਸ਼ ਕਰੂੰਗਾ ਵੀ ਇਹਨੂੰ ਇਸ ਤਰੀਕੇ ਨਾਲ ਆਪਾਂ ਇਹਨੂੰ ਕੱਟ ਲੈਂਦੇ ਹਾਂ ਦੋਸਤੋ ਉਸ ਤੋਂ ਬਾਅਦ ਇਹਨੂੰ ਇਸ ਪਾਣੀ ਦੇ ਵਿੱਚ ਆਪਾਂ ਮਿਲਾ ਲੈਂਦੇ ਹਾਂ ਅੱਗੇ ਲੈ ਕੇ ਦਿਖਾ ਦਿੰਦਾ ਸੋ ਦੋਸਤੋ ਇਹ ਦੇਖ ਸਕਦੇ ਹੋ ਤੁਸੀਂ ਸਪਰੇਅ ਜਿਹੜੀ ਆ ਮੈਂ ਇਹਦੇ ਵਿੱਚ ਪਾ ਲਈ ਹੈ ਦਵਾਈ ਜਿਹੜੀ ਪਾ ਲਈ ਹੈ ਅਤੇ ਖੰਡ ਹੈ ਜਿਹੜੀ ਥੋੜ੍ਹੀ ਜਿਹੀ ਉਹ ਵੀ ਇਹਦੇ ਵਿੱਚ ਪਾ ਲੈਂਦੇ ਹਾਂ ਅਤੇ ਉਦੋਂ ਬਾਅਦ ਇਹਨੂੰ ਦੋਸਤੋ ਡੱਕੇ ਨਾਲ ਹਿਲਾ ਕੇ ਜਿਹੜੀ ਖੰਡ ਹੈ ਉਹ ਖੁਰ ਜੂਗੀ ਸੋ ਇਹ 2 ਲੀਟਰ ਪਾਣੀ ਮੈਂ ਲਿਆ ਪਾਣੀ ਤੁਸੀਂ ਆਪ ਦੇਖ ਕੇ ਲੈ ਸਕਦੇ ਹੋ ਜੇ ਵੱਧ ਵੀ ਪਾਉਣਾ ਤਾਂ ਵੱਧ ਵੀ ਪਾ ਸਕਦੇ ਹੋ ਮੈਂ 2 ਲੀਟਰ ਹੀ ਵਰਤਦਾ ਜਿਹੜਾ ਕੁਛ ਟਾਈਮ ਤੋਂ ਸਪਰੇਅ ਕਰਦਾ ਉਹਦੇ 'ਚ ਇਹ ਦੋਸਤੋ ਖੰਡ ਜਿਹੜੀ ਉਹ ਆਪਾਂ ਚੰਗੀ ਤਰ੍ਹਾਂ ਖੋਰਨੀ ਆ ਉਹਦੇ ਕਰਕੇ ਥੋੜ੍ਹਾ ਜਿਹਾ ਟਾਈਮ ਇਹਦੇ 'ਤੇ ਵੱਧ ਲੱਗਦਾ ਬਾਕੀ ਵੀਡੀਓ ਰੋਕ ਰੋਕ ਕੇ ਬਣਾਊਂਗਾ ਬਾਹਲੀ ਵੱਡੀ ਵੀਡੀਓ ਤੁਹਾਨੂੰ ਨਹੀਂ ਦਿਖਾਉਣੀ ਸੋ ਦੋਸਤੋ ਇਹਦੇ 'ਚ ਆਪਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਖਾਲੀ ਹੈ ਇਹਦੇ 'ਚ ਸਪਰੇਅ ਜਿਹੜੀ ਉਹ ਆਪਾਂ ਪਾ ਲੈਂਦੇ ਹਾਂ ਇਹਦੇ 'ਚ ਇੱਕ ਵਾਰ ਥੋੜ੍ਹੀ ਜਿਹੀ ਪਊਗੀ ਘੱਟ ਪਊਗੀ ਪਰ ਜਿੰਨਾ ਪਾਣੀ ਇਹਦੇ 'ਚ ਪੈ ਗਿਆ ਉਹਦਾ ਤੁਹਾਨੂੰ ਮੈਂ ਰਿਜ਼ਲਟ ਦਿਖਾ ਦੂੰਗਾ ਵੀ ਇਹ ਕਿੱਦਾਂ ਦਾ ਰਿਜ਼ਲਟ ਆਉਂਦਾ ਖੰਡ ਜਿਹੜੀ ਸੀਗੀ ਉਹ ਦੋਸਤੋ 1 ਕੌਲੀ ਆਪਾਂ ਵਰਤੀ ਹੈ ਇਹਦੇ 'ਚ 2 ਲੀਟਰ ਪਾਣੀ 'ਚ ਖੰਡ ਦਾ ਫਾਇਦਾ ਇਹ ਹੈ ਵੀ ਮੱਖੀ ਜਿਹੜੀ ਉਸ ਸਪਰੇਅ ਨੂੰ ਚੱਟਦੀ ਹੈ ਸੋ ਬਾਕੀ ਇੱਕ ਜ਼ਰੂਰ ਮੈਂ ਬੇਨਤੀ ਕਰੂੰਗਾ ਵੀ ਜੇ ਕੋਈ ਵੀਰ ਇਸ ਤਜਰਬੇ ਨੂੰ ਅਪਣਾਉਣਾ ਚਾਹੁੰਦਾ ਇਸ ਸਪਰੇਅ ਨੂੰ ਕਿਉਂਕਿ ਜ਼ਹਿਰ ਹੈ ਪੋਇਜ਼ਨ ਹੈ ਤਾਂ ਤੁਸੀਂ ਜ਼ਰੂਰ ਆਪਦੇ ਵੈਟਨਰੀ ਡਾਕਟਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀ ਰਾਏ ਨਾਲ ਵਰਤਿਓ ਮੈਂ ਆਪਦੇ ਪਸ਼ੂਆਂ 'ਤੇ ਇਹ ਪ੍ਰੈਕਟੀਕਲ ਕਰਦਾ ਸੋ ਮੇਰਾ ਥੋੜ੍ਹਾ ਮੈਨੂੰ ਲੱਗਾ ਵੀ ਤੁਹਾਨੂੰ ਜ਼ਰੂਰ ਇਸ ਚੀਜ਼ ਨੂੰ ਦਿਖਾ ਦਿਆਂ ਘੋਲ ਆਪਾਂ ਇਹਦਾ ਤਿਆਰ ਕਰ ਲਿਆ ਦੋਸਤੋ ਸਪਰੇਅ ਆਪਾਂ ਇਹਦੇ 'ਚ ਪਾ ਲਈ ਹੈ ਲਾਸਟ 'ਤੇ ਤੁਹਾਨੂੰ ਫੇਰ ਦਿਖਾ ਦੂੰਗਾ ਹੁਣ ਆਪਾਂ ਇਹ ਫੁਹਾਰਾ ਜਿਹੜਾ ਦੋਸਤੋ ਇਹ ਪਸ਼ੂਆਂ ਦੇ ਉੱਤੇ ਟਰਾਈ ਕਰਾਂਗੇ ਆਪਾਂ ਮੱਝਾਂ ਵਾਲੇ ਪਾਸੇ 'ਤੇ ਚੱਲਦੇ ਹਾਂ ਸੋ ਗਾਵਾਂ 'ਤੇ ਜ਼ਿਆਦਾ ਮੱਖੀ ਜਿਹੜੀ ਹੈ ਇਸ ਟਾਈਮ ਇੱਥੇ ਤੁਸੀਂ ਦੇਖ ਸਕਦੇ ਹੋ ਹੈ ਨਹੀਂ ਗੀ ਸੋ ਆਪਾਂ ਮੱਝਾਂ 'ਤੇ ਆਪਾਂ ਇਹਨੂੰ ਟਰਾਈ ਕਰਦੇ ਹਾਂ ਸੋ ਆਪਾਂ ਇਸ ਮੱਝ 'ਤੇ ਦੋਸਤੋ ਪਹਿਲਾਂ ਇਹ ਟਰਾਇਲ ਲਾਉਂਦੇ ਹਾਂ ਸਪਰੇਅ ਦਾ ਸਾਰੇ ਇਹਦੇ ਪਿੰਡੇ 'ਤੇ ਹੌਲੀ ਹੌਲੀ ਜਿਹੜਾ ਸਪਰੇਅ ਕਰ ਦਿਆਂਗੇ ਆਪਾਂ ਅਤੇ ਤੁਹਾਨੂੰ ਇਹਦਾ ਰਿਜ਼ਲਟ ਵੀ ਦੋਸਤੋ ਦਿਖਾਊਂਗਾ ਵੀ ਮੱਖੀ ਜਿਹੜੀ ਉਹ ਕਿੰਨੀ ਕੁ ਮਰਦੀ ਹੈ ਆ ਜੀ ਸਾਰੇ ਪਸ਼ੂਆਂ 'ਤੇ ਇਹ ਸਪਰੇਅ ਇਸ ਤਰੀਕੇ ਨਾਲ ਕਰ ਦਿਆਂਗੇ ਫੁਹਾਰੇ ਨਾਲ ਮੈਂ ਸਿਰਫ ਤੁਹਾਨੂੰ ਇਹ ਰਿਜ਼ਲਟ ਦਿਖਾਉਣਾ ਦੋਸਤੋ ਉਸ ਤੋਂ ਬਾਅਦ 'ਚ ਇਹ ਚੰਗੀ ਤਰ੍ਹਾਂ ਸਪਰੇਅ ਹੋਣੀ ਹੈ ਸਾਰੇ ਪਸ਼ੂਆਂ ਦੇ ਉੱਤੇ ਮੈਂ ਇਹ ਸਪਰੇਅ ਤੁਹਾਨੂੰ ਕਰਕੇ ਦਿਖਾ ਦਿੰਦਾ ਦੋਸਤੋ ਇਹ ਸਪਰੇਅ ਮਤਲਬ ਜਿਹੜੇ ਫਰਸ਼ ਦੇ ਉੱਤੇ ਵੀ ਅਸੀਂ ਕਰਦੇ ਹਾਂ ਇਹਦੇ ਨਾਲ ਜਿਹੜੀਆਂ ਮੱਖੀਆਂ ਉਹ ਘਰਾਂ ਦੇ ਵਿੱਚ ਆ ਜਾਂਦੀਆਂ ਉਹ ਵੀ ਮਰਦੀਆਂ ਇਹ ਵੀ ਤੁਹਾਨੂੰ ਇਹਨਾਂ ਦਾ ਵੀ ਰਿਜ਼ਲਟ ਇੱਥੇ ਫਰਸ਼ ਦੇ ਵੀ ਸੜਕ ਕੇ ਦਿਖਾ ਦਿੰਦਾ ਹਾਲਾਂਕਿ ਇਹਨੂੰ ਵਰਤਣਾ ਤੁਸੀਂ ਆਪਦੀ ਸਮਝ ਦੇ ਮੁਤਾਬਕ ਹੈ ਸੋ ਇਹਦਾ ਰਿਜ਼ਲਟ ਛੇਤੀ ਆ ਜਾਣਾ ਮੱਖੀ ਬਹੁਤ ਛੇਤੀ ਮਿਲੂ ਸੋ ਦੋਸਤੋ ਇੱਥੇ ਜਿਹੜੀਆਂ ਮੈਂ ਫਰਸ਼ 'ਤੇ ਦਵਾਈ ਛੜਕੀ ਸੀ ਤੁਸੀਂ ਮੱਖੀਆਂ ਦੇਖੋਗੇ ਇਸ ਤਰੀਕੇ ਨਾਲ ਇਹ ਮਰਨੀਆਂ ਸ਼ੁਰੂ ਹੋ ਗਈਆਂ ਬਾਕੀ ਪਸ਼ੂਆਂ 'ਤੇ ਵੀ ਤੁਹਾਨੂੰ ਦਿਖਾ ਦਿੰਦਾ ਵੀ ਇਹਦਾ ਰਿਜ਼ਲਟ ਕਿੱਦਾਂ ਦਾ ਹੁੰਦਾ ਇਹ ਸਿਰਫ ਕੁਝ ਸਕਿੰਟਾਂ ਬਾਅਦ ਹੀ ਦੋਸਤੋ ਇਹ ਮੱਖੀ ਜਿਹੜੀ ਉਹ ਮਰਨੀ ਸ਼ੁਰੂ ਹੋ ਜਾਂਦੀ ਹੈ ਇਸ ਸਪਰੇਅ ਦੇ ਨਾਲ ਸੋ ਇਹ ਮੱਖੀਆਂ ਤੋਂ ਜੇ ਆਪਾਂ ਗੱਲ ਕਰੀਏ ਦੋਸਤੋ ਤਾਂ ਬਹੁਤ ਫਾਇਦੇਮੰਦ ਸਪਰੇਅ ਹੈ ਪਰ ਜ਼ਹਿਰ ਹੈ ਇਸ ਕਰਕੇ ਥੋੜ੍ਹਾ ਜਿਹਾ ਧਿਆਨ ਦੇ ਨਾਲ ਵਰਤਣ ਦੀ ਲੋੜ ਹੈ ਵੀ ਮੱਖੀ ਤੁਸੀਂ ਦੇਖੋਗੇ
जी थोड़े टाइम च इन्हें दसो जो मरना शुरू हो जाना है। ये लक्षण तुम देख सकते हो थोड़ी फिर जी बहुत छेती इन्हें इतनी जरा वो डिग पैना क्योंकि मिठे न चढ़ती है जो मिठा चढ़ती है उस बाद ही मरनी शुरू हो जाती देख सकते हैं तुम मक्खी मर रही है ये तो थोड़ा जा बच्चों तो दोस्तों दूर रखने वाली चीज है क्योंकि जहर है पर रिजल्ट तो बहुत वधिया मक्खियों के उत्ते दोस्तों थले जिहड़ा रेता हो सकता थोनू मक्खियां उवें ना दिसन पर फिर भी कोशिश करदा थोनू दिखाउण दी मैं मक्खियां नू तुसीं ध्यान नाल देखियो इत्थे थोनू जिहड़ियां उह मक्खियां मरियां होईयां दिसणगियां मेरे ख्याल च दिसदियां होणगियां ये पशुआं ते जिहड़ी आपां स्प्रे हुणे छिड़की सी कुछ सकिंट पहलां दोस्तों ये मक्खियां जिहड़ियां मरनियां शुरू हो गईयां सो इहदा रिजल्ट पशुआं ते भी बहुत ज़्यादा है सो ये तुसीं देख सकदे हो जिवें जिवें दोस्तों इस स्प्रे नू चटनिया मक्खियां तो उवें उवें जिहड़ी मक्खी है वह हेठां मरनी शुरू हो जूगी ये भी दोस्तों तुसीं मक्खी देख सकदे हो इत्थे ये जिहड़ी पशुआं तो उत्तों मरनी शुरू हो गई है सो ये रेते दे विच दोस्तों डिग पैंदियां उहदे करके उत्थों तुहानूं उवें दिसणगियां नहीं पर अंदरों तुहानूं फर्श तों तुहानूं मैं दिखातियां सीगियां मक्खियां जिहड़ियां उह किस तरीके नाल मरनियां शुरू हो गईयां वा सो दोस्तों ये थोनू दिखाया मैं भी ये मक्खियां वाली दवाई जिहड़ी किदां काम करदी है एक गल मैं शुरू च ही कहती सी भी मैं कोई पैसे लैके किसी प्रोडक्ट की प्रमोशन नहीं कर रहा सो ये हथ बन के बेनती है भी ये जहर आ दोस्तों इहनू जिहड़ा एक तां बच्चों तो दूर रखियो दूजी गल आपदे पशुआं ते छिड़कण तो पहला वैटनरी डॉक्टर की बेशक सलाह ले लियो मेरा जिहड़ा तजर्बा मैं हमेशा एक छोटे बच्चे तो इहदा ट्रायल लाउणा हुंदा पशुआं दे मामले च क्योंकि छोटे बच्चे दे जे कोई स्प्रे रिएक्शन करदी है तो उहनू दवाई देनी जिहड़ी उह सौखी है उहदा मूँह फड़ के भी उहनू दवाई दे सकदे आ ताकि उहदे ते जहर दा कोई असर ना होवे सो मैं जिवें वरतदा उवें थोनू वरत के आपदे पशुआं ते दिखाती आपदी फर्श दे उत्ते थोनू छिड़क के दिखाती है पर फिर भी इह स्प्रे है इह जहर है इहनू ध्यान नाल आपदे रिस्क दे नाल वरतो धन्यवाद वीडियो देखने वास्ते मक्खियां वालों दोस्तों मैं एक साल डेढ़ लगभग साल हो गया होना पिछले साल गर्मी तो मेरे ख्याल से शुरू किया रिजल्ट मैं बेस्ट मिले तुम भी वरत सकते हो धन्यवाद बहुत बहुत मेहरबानी।